लुधियाना वासियों लुधियाना दे विच लगन वाली हुण इन्नी जबरदस्त एग्जीबिशन जिसके 90% तक का डिस्काउंट मिलेगा। जी हाँ, 4,000-5,000 दे विच मिलन वाले ब्रांड्स हुण तुहानू 300-400 रुपए दे विच मिलन जा रहे ने। और किथे कदों किवें ये एग्जीबिशन लगन जा रही है, ये पूरी जानकारी मिलेगी तुहानू इस वीडियो दे विच। दस्सिए कि इस वीडियो दे विच तुहानू दस्सांगे कि आखिरकार इस एग्जीबिशन दे विच होर की कुछ मिलन जा रहा है। इस एग्जीबिशन की स्टार्टिंग रेंज है 100 रुपए। इस एग्जीबिशन दे विच तुहानू लग्जरी ब्रांड्स वेखण नू मिलणगे जिवें कि लेवाइज, एडिडास, पूमा, नाइकी, जिन्ने भी वधिया तो वधिया गुड क्वालिटी ब्रांड्स ने सारे वेखण नू मिलणगे। इस एग्जीबिशन की डेट्स ने 5th April to 7th April, मतलब कि तुहानू ये डेट्स वीकेंड्स ते मिल रही ने। आना कित्थे है? लुधियाना च बहुत फेमस एक लग्जरी होटल है पार्क प्लाजा, तुसीं उत्थे विजिट करना। होम डेकोर दे नाल नाल बेडशीट्स, कंफर्ट्स, तुहानू कर्टन्स और कपड़े, कुर्ती, प्लाजो, पैंट्स, जूते, सैंडल्स सब कुछ वेखण नू मिलणगे। बट ए तां रवलीन मैनू बाहरों भी शॉप्स ते मिल जांदा, ओह वी अच्छे ऑफ दे नाल। किन्ना कुछ ज़्यादा ऑफ मिलेगा इत्थे? तुहानू 90% तक तो ऑफ मिलेगा। जिहड़ी चीज़ां तुहानू बाहर 3,000-4,000 दी या 4,000-5,000 दी मिलदी है, उही चीज़ां तुहानू सेम इस एग्जीबिशन 300-400 रुपए तो मिलनगिया। रवलीन, अजिहा तां नहीं कि इस एग्जीबिशन दे विच कोई खराब कटिया फटिया समान मिलेगा जिहड़ा कि घर जाके खराब हो जाएगा? जी बिल्कुल नहीं। इस एग्जीबिशन तो पर्सनली मैं बहुत बार शॉपिंग की थी एंड लुधियाना ने भी बहुत शॉपिंग की थी, और एग्जीबिशन पहले भी काफी बार लग चुकी है एंड काफी ग्रेट रिस्पॉन्स सब नु मिले। ਜੇਕਰ ਤੁਹਾਨੂੰ ਯਕੀਨ ਨਹੀਂ ਹੁੰਦਾ ਤਾਂ ਤੁਸੀਂ ਖੁਦ ਸੁਣ ਲਓ, ਇੱਥੇ ਆਏ ਸ਼ਾਪਿੰਗ ਕਰਕੇ ਗਏ ਲੋਕਾਂ ਦਾ ਇਸ ਐਗਜੀਬਿਸ਼ਨ ਬਾਰੇ ਕੀ ਕਹਿਣਾ ਹੈ? ਘੱਟ 10,000 ਰੁਪਏ ਲੈ ਕੇ 10,000 ਰੁਪਏ ਦੀ ਸ਼ਾਪਿੰਗ ਕਰਕੇ ਜਾਣੀ ਹੈ। ਹਾਂਜੀ ਹਾਂਜੀ, ਵਧੀਆ ਮੈਮ। ਇੱਥੇ ਬ੍ਰਾਂਡ ਚੀਜ਼ਾਂ ਜਿਹੜੇ ਸਾਨੂੰ ਬਾਹਰੋਂ ਬਹੁਤ ਕੋਸਟਲੀ ਮਿਲਦੀਆਂ ਨੇ, ਉਹ ਮਤਲਬ ਬਹੁਤ ਫੇਅਰ ਰੇਟਾਂ ਦੇ ਮਿਲ ਰਹੀਆਂ ਨੇ ਇੱਥੇ। ਉਹ ਸਸਤੇ ਰੇਟਾਂ ਦੇ ਵਧੀਆ ਕੁਆਲਿਟੀ ਵਾਈਜ਼ ਵੀ ਮਿਲਦੀ ਹੈ। ਪ੍ਰਾਈਸ ਕਾਫੀ ਇਕਨੋਮਿਕਲ ਹੈ, ਆਲਮੋਸਟ 50% ਮਿਲ ਰਿਹਾ ਹਮਕੋ। ਬਾਏ ਵਨ ਗੈਟ ਵਨ ਕਾ ਵੀ ਆਪਸ਼ਨ ਹੈ ਐਂਡ ਫ੍ਰੈਗਰੈਂਸ ਕਾ ਕਲੈਕਸ਼ਨ ਵੀ ਅੱਛਾ ਹੈ। अच्छी वैरायटी हैगी है, सो मैं काफी पसंद कीती है। लगदा कि मतलब मार्केट दे नालो सस्ती चीज है? हां जी डेफिनेटली, सो मार्केट नालो प्राइस काफी लोअर हैगे थे, सो काफी अच्छे रीजनेबल प्राइसेस। आने फट मिलेगा कुछ? बिल्कुल डेफिनेटली मिलेगा। ब्रांड्स बारो ਅਸੀਂ ਸੋਚਦੇ ਆ ਕਿ ਯਾਰ ਅਸੀਂ ਬ੍ਰਾਂਡ ਸੇ ਪਾਣੇ ਚਾਹੀਦੇ ਆ, ਉਹ ਅਸੀਂ ਇੱਥੇ ਲੈਣੇ ਆ ਤੇ ਪਾਣੇ ਆ, ਤੇ ਸਾਡੀ ਵੀ ਮਨ ਹੁੰਦਾ ਸੀ ਯਾਰ ਬ੍ਰਾਂਡ ਪਾਈਏ, ਤੇ ਜੋ ਸਾਨੂੰ ਬਾਹਰੋਂ ਅਸੀਂ ਨਹੀਂ ਵੇਅਰ ਕਰ ਸਕਦੇ ਉਹ ਅਸੀਂ ਇਧਰੋਂ ਲੈ ਲਏ। ਕੀ ਬਾਤ! ਕਹਿੰਦੇ ਨੇ ਕਿ 100 ਰੁਪਏ ਤੋਂ ਇੱਥੇ ਚੀਜ਼ਾਂ ਸ਼ੁਰੂ ਹੋ ਜਾਂਦੀਆਂ ਨੇ। 100 ਰੁਪਏ ਤੋਂ ਤੁਹਾਨੂੰ ਹੈਂਡਲੂਮ, ਕਾਰਪੇਟ, ਉਸ ਤੋਂ ਇਲਾਵਾ ਬੈਡਸ਼ੀਟ, ਕੁਸ਼ਨਸ ਅਤੇ ਹੋਰ ਵੀ ਬਹੁਤ ਸਮਾਨ ਮਿਲਣ ਵਾਲਾ। ਅੱਛੇ ਅੱਛੇ ਜੈਕਟਸ, ਅਗਰ ਵਿੰਟਰ ਵੀਅਰ, ਸਮਰ ਵੀਅਰ ਦੀ ਗੱਲ ਕਰੋ ਤਾਂ ਟੀਸ ਤੱਕ ਇੱਥੇ ਤੁਹਾਨੂੰ ਐਗਜ਼ੀਬਿਸ਼ਨ ਦੇ ਵਿੱਚ ਮਿਲਣ ਗਿਆ। ਇੰਨਾ ਕੁਝ ਬਾਹਰ ਮਿਲਿਆ ਕਦੋਂ ਤੇ ਆਏ ਹੋ? ਅਸੀਂ 10:30 ਵਜੇ ਆਏ ਹਾਂ। 10:30 ਵਜੇ ਤਾਂ ਜੀ, ਹੁਣ ਟਾਈਮ ਹੋ ਚੁੱਕਿਆ ਹੈ, ਮੈਨੂੰ ਲੱਗਦਾ ਹੈ 1 ਵਜਣ ਵਾਲਾ ਹੈ, ਔਰ 3 ਘੰਟੇ ਹੋ ਗਏ ਤੁਹਾਨੂੰ ਲੱਗਦਾ ਸ਼ਾਪਿੰਗ। ਸਾਡੇ ਕੋਲ 2 ਵਜੇ ਤੱਕ ਦਾ ਟਾਈਮ ਹੈ, ਅਸੀਂ ਇੱਥੇ ਹੀ ਹਾਂ। 3 ਦਿਨ ਲੱਗੇਗੀ ਐਗਜ਼ੀਬਿਸ਼ਨ, ਤੁਸੀਂ ਦੱਸੋ ਕਿ ਇਦਾਂ ਲੱਗਦਾ ਕਿ ਲੇਡੀਜ਼ ਨੂੰ ਆਉਣਾ ਚਾਹੀਦਾ ਐਗਜ਼ੀਬਿਸ਼ਨ? ਹਾਂਜੀ ਜ਼ਰੂਰ ਆਉਣਾ ਚਾਹੀਦਾ ਸਾਡੇ, ਅਗਰ ਸ਼ਹਿਰ ਦੇ ਵਿੱਚ ਲੱਗੀ ਹੈ ਤਾਂ ਸਾਨੂੰ ਇਹਦਾ ਫਾਇਦਾ ਲੈਣਾ ਚਾਹੀਦਾ, ਲਾਹਾ ਜ਼ਰੂਰ ਲੈਣਾ ਚਾਹੀਦਾ ਜੀ। ਅੱਛਾ, ਕਿੰਨੇ ਲੋਕ ਆ ਚੁੱਕੇ ਨੇ ਸਵੇਰ ਦੇ? ਸਵੇਰ ਸੇ ਕਮ ਸੇ ਕਮ 500 ਲੋਕ ਆ ਚੁੱਕੇ। 500 ਲੋਕ ਬਹੁਤ ਅੱਛੀ ਹੈ ਮੈਮ। ਜੈਕਟ ਪਰਚੇਸ ਕਰ ਰਹੇ ਹੋ? ਹਾਂਜੀ ਹਾਂਜੀ, ਲੇਕਿਨ ਮਾਰਕੀਟ ਨਾਲੋਂ ਸਸਤੀ। ਹਾਂਜੀ ਹਾਂਜੀ, ਬ੍ਰਾਂਡਡ ਚੀਜ਼ਾਂ ਨੇ। ਹਾਂਜੀ ਬਿਲਕੁਲ। ਤੁਸੀਂ ਕਿੰਨੇ ਸਟਾਲ ਲੱਗੇ ਹੋਏ ਨੇ? ਬਹੁਤ ਲਗਭਗ 100 ਤੋਂ ਪਲੱਸ ਸਟਾਲ ਲੱਗੇ ਸ਼ਾਇਦ। ਓ ਮਾਈ ਗਾਡ, ਮੈਮ ਕਿੱਦਾਂ ਦੀ ਲੱਗ ਰਹੀ ਹੈ ਪਰਚੇਸਿੰਗ ਕੀਤੀ ਤੁਸੀਂ ਅੱਜ? ਵਧੀਆ ਜੀ, ਬਹੁਤ ਵਧੀਆ। ਕੀ ਪਰਚੇਸਿੰਗ ਕੀਤੀ ਹੈ? ਬਹੁਤ ਕੁਝ, ਦੱਸ ਨਹੀਂ ਸਕਦੇ, ਜਿਹੜਾ ਕੁਝ ਹੈ ਸੀ ਸਾਰਾ ਕੁਝ ਲੈ ਲਿਆ। ਅੱਛਾ, ਬੈਡਸ਼ੀਟਾਂ ਵਗੈਰਾ ਲਈਆਂ? ਸਸਤੀਆਂ ਮਿਲੀਆਂ ਨੇ? ਹਾਂਜੀ ਠੀਕ ਨੇ।